देश दुनिया च वसदे पंजाबियों नूं खुशामदीद। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने डॉक्टर धर्मवीर गांधी, साबका मैंबर पार्लीमेंट। डॉक्टर धर्मवीर गांधी बेसिकली समाज सेवक ने, लेकिन उस तो भी ज्यादा सियासी विश्लेषक ने, और जेकर दूजे नजरियों देखा जाए तो इन्हों की तड़प पंजाब नूं भुग वसदा वेखण दी है। एक खबर जिहड़ी कि एक राष्ट्रीय एजेंसी ANI है, उहदी खबर ने पंजाबियों नूं फिकर च पाता के किसान आगू थ्रैट च ने, खतरे च ने, उन्हां दी जान नूं खतरा है। डॉक्टर धर्मवीर गांधी नूं नाल लैंदे आ, जी आया आखदे आ। डॉक्टर साहब वेलकम। बहुत धन्यवाद जी हरजिंदर सिंह जी, तुहाडा बहुत शुक्रिया। तुसीं मैनूं अपने जो श्रोते ने, जो दर्शक ने, उन्हां दे रूबरू कराया जी। डॉक्टर साहब, पूरा पंजाब और पंजाबी जिथे कि दुनिया च वसदे आ, तुहाडे विचारां तों बहुत साफ तरह जाणू ने, तुसीं फिक्रमंद रहिंदे हो और तुसीं पंजाब मंच क्रिएट कीता। मैं हुण जिहड़े फिक्र पंजाबियां दे ने उहनां नाल तुहानूं जोड़न लग्गिया कि खबर खबर नहीं है, एक डर है, एक भय आ कि जिहड़े लोग अंदोलन कर रहे आ, जिहड़े लीड कर रहे आ, जिहड़े वड्डी ताकत नाल मत्था ला के बैठे आ, जे उहनां नूं डर किसी होर खलकत तों जां किसी होर तरह दे लोकां तों है ते फिर बचाऊ कौन। मैं एक सिंपल तुहाडे नाल उदाहरण शेयर करनी है कि दिल्ली दे एक वड्डे सिख आगू जिहड़े कि सियासी गलियारियां च काफी चर्चित ने, उन्होंने पिछले दिनां च जदों मुख्यमंत्री कैप्टन अमरिंदर सिंह नाल गल कीती कि तुसीं इंटरवीन करो, ते कैप्टन अमरिंदर सिंह ने उन्होंने फिक्र जाहिर कीता सी कि ज्यों ज्यों किसान आगू पापुलैरिटी दे ग्राफ वल वध रहे, अगे वध रहे, सानू फिक्र हो रहा कि इन्हां दी सिक्योरिटी सुरक्षा बड़ा अहम पहलू आ। सो अज जदों इह नित्र के चीजां आ रही ते इहदे उत्ते डॉक्टर धर्मवीर किवें रिएक्ट करदे? देखो जी हरजिंदर सिंह जी, बहुत तुसीं महत्वपूर्ण गल दा जिहड़ा मुद्दा हैगा उह बहस नहीं लैंदा हैगा है। मैं तुहानूं दसणा चाहना कि जो पंजाब विच तीन बिलां नूं लैके जो किसान अंदोलन शुरू होया हैगा है, और जिन्हें अगवाई हुण भी अगवाई वाली थां ते हैगा है, ते उहदे जिहड़े आगू इस एडे वड्डे मतलब पब्लिक मोबिलाइजेशन नूं जनता नूं संगठित रूप विच लैके पहला पंजाब विच फिर दिल्ली दे गुरूहां ते पहुंचे हैगे है, ਉਹਨਾਂ ਦਾ ਜੋ ਅੰਦੋਲਨ ਦਾ ਜੋ ਇੱਕ ਬਿਰਤਾਂਤ ਹੈਗਾ ਹੈ, ਉਹ ਬਿਰਤਾਂਤ ਤਿੰਨਾਂ ਬਿੱਲਾਂ ਤੱਕ ਤਾਂ ਹੈ ਹੀ, ਉਹ ਤਾਂ ਉਹਦਾ ਮੁੱਖ ਮੁੱਦਾ ਹੈ ਹੀ ਜੀ, ਦੁਆਲੇ ਤਮਾਮ ਲਾਮਬੰਦੀ ਹੋਈ ਹੈ ਕਿਸਾਨੀ ਦੀ ਜਾਂ ਹੋਰ ਲੋਕਾਂ ਦੀ, ਆਮ ਲੋਕਾਂ ਦੀ ਜਿਹੜੀ ਮਜ਼ਦੂਰਾਂ ਦੀ ਜਾਂ ਹੋਰ ਦੂਜੇ ਲੋਕਾਂ ਦੀ ਉਹ ਲਾਮਬੰਦੀ ਹੋਈ ਹੈ। ਉਹਦੇ ਵਿੱਚ ਜਿਹੜੇ ਮੁੱਖ ਮੰਗਾਂ ਤਾਂ ਇਹੀ ਨੇ ਜਿਹਨਾਂ ਦੁਆਲੇ ਲਾਮਬੰਦੀ ਹੋਈ ਹੈ, ਪਰ ਇਸ ਤੋਂ ਵੱਡਾ ਇਹ ਹੈਗਾ ਕਿ ਇਹ ਅੰਦੋਲਨ ਜੋ ਇੱਕ ਹਿੰਦੁਸਤਾਨ ਵਿੱਚ ਕਹਿ ਲਓ ਜਾਂ ਹੁਣ ਦੁਨੀਆਂ 'ਚ ਵੀ ਹੈਗੀ ਹੈ, ਪਰ ਮੈਂ ਹਿੰਦੁਸਤਾਨ ਦੇ ਸਤਰ 'ਚ ਗੱਲ ਕਰਦਾ ਹੈਗਾ, ਜੋ ਹਿੰਦੁਸਤਾਨ 'ਚ ਪਿਛਲੇ 7-8 ਸਾਲ ਤੋਂ ਤੇ ਖਾਸ ਤੌਰ ਤੇ ਪਿਛਲੇ 2-3 ਸਾਲ ਤੋਂ ਇੱਕ ਮਤਲਬ ਰੁਝਾਨ ਸਾਹਮਣੇ ਆ ਰਿਹਾ, ਇੱਕ ਬੜਾ ਇੱਕ ਫਾਸ਼ੀਵਾਦ ਦਾ ਹਿੰਦੂ ਰਾਸ਼ਟਰ ਬਣਾਉਣ ਦਾ ਜੋ ਇੱਕ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ, ਜਿਹਦੇ ਵਿੱਚ ਸੰਗਠਨਾਤਮਕ ਰੂਪ ਵਿੱਚ ਵੀ ਤੇ ਸਿਆਸੀ ਰੂਪ ਵਿੱਚ ਵੀ ਉਹਦੇ 'ਚ ਦਿਨ ਪਰ ਦਿਨ ਇਜ਼ਾਫਾ ਹੋ ਰਿਹਾ ਹੈ। ਇੱਕ ਤੋਂ ਬਾਅਦ ਦੂਜਾ ਰਾਜ, ਜਿਵੇਂ ਹੁਣ ਬੰਗਾਲ ਦੀ ਧਾਰ ਲੈਣੀ, ਬੰਗਾਲੀ ਬਿਲਕੁਲ ਇੱਕ ਵੱਖਰੀ ਤਰ੍ਹਾਂ ਦੀ ਕੌਮ ਸੀਗੇ, ਪਰ ਅੱਜ ਉਹ ਬੰਗਾਲ ਦਾ ਹਾਲ ਆਪਾਂ ਸਾਰੇ ਰੋਜ਼ ਦੇਖਦੇ ਹੈਗੇ ਹਾਂ। ਸੋ ਇਹ ਜਿਹੜਾ ਕਿਸਾਨੀ ਦਾ ਬਿਰਤਾਂਤ ਸੀਗਾ, ਇਕੱਲੀ ਕਿਸਾਨੀ ਦਾ ਬਿਰਤਾਂਤ ਨਾ ਰਹਿ ਕੇ ਇਹ ਫਾਸ਼ੀਵਾਦ ਵਿਰੁੱਧ ਪਹਿਲੀ ਵਾਰ ਮੋਦੀ ਸਰਕਾਰ ਦੇ ਜਾਂ ਭਾਜਪਾ ਸਰਕਾਰ ਦੀ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਵਾਲਾ, ਉਹਨੂੰ ਚੁਣੌਤੀ ਦੇਣ ਵਾਲਾ ਇੱਕ ਅਜਿਹੇ ਸਮੇਂ ਜੋ ਸਾਰਾ ਹਿੰਦੁਸਤਾਨ ਸਹਿਮਿਆ ਬੈਠਾ ਸੀਗਾ, ਸਾਰੇ ਬੁੱਧੀਜੀਵੀ ਸਹਿਮੇ ਬੈਠੇ ਸੀਗੇ, ਕਿਸੇ ਨੂੰ ਕੋਈ ਐ ਨਹੀਂ ਸੀ ਲੱਗਦਾ ਕਿ ਇਹਨੂੰ ਕੋਈ ਚੁਣੌਤੀ ਦੇ ਸਕਦਾ ਉੱਪਰ ਰਹੇ ਹਿੰਦੂ ਰਾਸ਼ਟਰਵਾਦ ਨੂੰ, ਜਾਂ ਜਿਹੜਾ ਜੋੜ ਹੈਗਾ ਹੈ ਬੜਾ ਖਤਰਨਾਕ ਜੋੜ ਹੈਗਾ ਹੈ ਤਿੰਨਾਂ ਚੀਜ਼ਾਂ ਦਾ, ਧਰਮ ਦਾ, ਰਾਸ਼ਟਰਵਾਦ ਦਾ ਤੇ ਵਿੱਤੀ ਸਰਮਾਏ ਦਾ, ਜਿਹਨੂੰ ਫਾਈਨੈਂਸ ਕੈਪੀਟਲ ਕਹਿੰਦੇ ਹੈਗੇ। ਇਸ ਰੁਝਾਨ ਵਿੱਚ ਜੇ ਇਹ ਥ੍ਰੈਟਸ ਦਾ ਆਉਣਾ ਔਰ ਇਹ ਗੱਲ ਇਹ ਚਰਚਾ ਵਿੱਚ ਆਉਣਾ ਕਿ ਸਾਡੇ ਜਿਹੜੇ ਕਿਸਾਨ ਲੀਡਰ ਨੇ ਜਿਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਇੱਕ ਮਹਾਂਬਿਰਤਾਂਤ ਸਿਰਜਿਆ, ਜਿਹਦੇ ਵੱਲ ਦੁਨੀਆ ਦੇਖ ਰਹੀ ਹੈ ਕਿਵੇਂ ਫਾਸ਼ੀਵਾਦ ਨੂੰ ਜਨਤਕ ਸੰਗਠਨਾਂ ਰਾਹੀਂ ਇੱਕ ਮਜ਼ਬੂਤ ਟੱਕਰ ਦਿੱਤੀ ਜਾ ਸਕੇ, ਉਹਦੇ ਦਰਵਾਜ਼ੇ ਆ ਕੇ ਚੁਣੌਤੀ ਦਿੱਤੀ ਜਾ ਸਕਦੀ ਹੈਗੀ ਹੈ। ਤੋ ਅਜਿਹੇ ਹਾਲਤਾਂ ਵਿੱਚ ਇਹ ਬਿਆਨ ਆਉਣੇ ਬੜੇ ਸਾਡੇ ਸਾਰਿਆਂ ਵਾਸਤੇ ਬੜੇ ਚਿੰਤਾ ਦਾ ਵਿਸ਼ਾ ਹੈਗੇ ਹੈ, ਔਰ ਸਾਨੂੰ ਆਪਣੇ ਆਗੂਆਂ ਦੀ ਰੱਖਿਆ ਵਾਸਤੇ ਇਸ ਪੰਜਾਬ ਸਰਕਾਰ ਨੂੰ ਵੀ ਚਾਹੀਦਾ, ਕਿਉਂਕਿ ਪੰਜਾਬ ਦੇ ਲੀਡਰ ਨੇ ਪੰਜਾਬ ਦੀ ਧਰਤੀ ਜੰਪਲ ਨੇ, ਤੇ ਸਾਨੂੰ ਸਾਰੇ ਜਮਹੂਰੀ ਪਸੰਦ, ਅਮਨ ਪਸੰਦ ਲੋਕਾਂ ਨੂੰ, ਜਿਹੜੇ ਮਨੁੱਖਤਾ ਦਾ ਭਲਾ ਚਾਹਣ ਵਾਲੇ, ਸਰਬੱਤ ਦਾ ਭਲਾ ਚਾਹਣ ਵਾਲੇ ਲੋਕ ਹੈਗੇ ਹੈ, ਜਿਹਦੀ ਤਿੰਨਾਂ ਬਿੱਲਾਂ ਲੜਾਈ ਹੈ, ਇਕੱਲੀ ਲੜਾਈ ਕਿਸਾਨੀ ਦੀ ਨਹੀਂ ਹੈਗੀ ਹੈ, ਜਿਹੜਾ ਕੰਜ਼ਿਊਮਰ ਹੈਗਾ, ਜਿਹਦੇ ਤੇ ਜਿਹੜਾ ਤੀਜਾ ਬਿੱਲ ਹੈ ਜਿਹਦੇ ਭੰਡਾਰਨ ਦੀ ਸਾਰੀ ਉਹਦੀ ਬੰਦਮੰਦਸ਼ਾ ਚੱਕ ਕੇ ਲੱਖਾਂ ਟਨ ਕਰੋੜਾਂ ਟਨ ਅਨਾਜ ਪੈਦਾ ਭੰਡਾਰ ਕਰਨ ਦੀ ਜਿਹੜੀ ਜਿਹੜੀ ਤਾਕਤ ਦੇ ਦਿੱਤੀ ਗਈ ਹੈ ਅਡਾਨੀ ਹੋਰਾਂ ਨੂੰ, ਉਹਦੇ ਰਾਹੀਂ ਜਦੋਂ ਬਾਅਦ 'ਚ ਮਾਰਕੀਟ 'ਚ ਮਾਲ ਆਊਗਾ ਉਹ ਅੱਜ ਤੇ 2-3 ਸਾਲ ਨੂੰ, ਤਾਂ ਔਰ PDS ਸਿਸਟਮ ਜੋ ਖਤਮ ਹੋਣ ਤੋਂ ਬਾਅਦ ਜਿਹੜੀ FCI ਬੈਂਡ ਕਰ ਦੇਣੀ, ਇਹਨਾਂ ਨੇ ਡਿਸਬੈਂਡ ਕਰ ਦੇਣੀ ਹੈਗੀ, ਉਸ ਤੋਂ ਬਾਅਦ ਜੋ ਮਤਲਬ ਇਹ
दृश्य पैदा होगा वह चे हजारा नहीं लखा नहीं करोड़ा करोड़ हिंदुस्तानिया की भी दूजी रोटी का ज उन्होंने भुखमरी का सवाल है मूह अड्डी खड़ा है। सो जिहे माहौल पंजाब के किसानों वालों सिरजिया बरतांत यह महाबरतांत जिन्होंने मैं कहना है एक अज के पंजाब नहीं हिंदुस्तान नहीं दुनिया भर के जो जो सरमाएदारी दुनिया भर के जो जो फासीवादी रुझान है सरमाएदारी की लुट हैगी है जो दमन हैगा वो खिलाफ जो एक सिरजिया हैगा है उस ते डरदिया होया कुछ भी कर सकदी हैगी तुहाडे कहने की गल बिल्कुल ठीक है कि बिल्कुल साडे वास्ते चिंता का विषय हैगा है। पंजाब सरकार नूं भी इस मामले चौकसी रखनी चाहीदी है गौर करना चाहीदा हैगा ताकि असीं इहनूं मतलब अपने लीडरां दी राखी कर सकीए। जिहड़ी साडी किसानी लीडरशिप है ये ठीक जिहड़े आगू ठीक दिशा च जा रहे ने किसानी लीडरशिप ठीक दिशा च जा रही है बिल्कुल ठीक दिशा जा रही है जी जिस 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 लियाकत नाल इन्होंने डायलॉग किया है और कानूनों की मद मद एक एक मत से जिस जिस गंभीरता नाल जिस सियाणप नाल बहस की है और बीजेपी के जो सारे मतलब जो ब्यूरोक्रैट से अफसर शाह से इन्होंने जो मंत्री से पीयूष गोयल वर्गियां निरुत्तर किया है और जो कहते हैं कि इन्होंने गल की करनी है तुहाडे फायदे वास्ते है गल्ले नहीं हो सकती है उन्होंने मद वाई मद ये बहस करने वास्ते मजबूर किया और मद वाई मनण ते मजबूर किया कि हाँ ये गड़बड़ हैगी गलती है फलाना तो ठीक करा लो ये कर देंगे वो कर देंगे एस डी तो पावर हाई कोर्ट तक जान दे देने हैं जो उन्होंने लाइसेंस लैन की उन्होंने मजबूरी बना देवे प्राइवेट प्राइवेट प्लेयर को। सो जरा यह जरा लियाकत दिखाई है और जिनी शांति से ट्रम्मा दिखाया है जिनी लोगों को मतलब जोड़ के रख्या है एक तो बाद दूजा जो प्रोग्राम से असरदार चलता रहा यह साड़ी लीडरशिप की सियाणप की ही निशानी हैगी है चाहे कुछ लोगों वालों लीडरशिप का अक्स बिगाड़न की ज अक्स मतलब उन्होंने भंडन की नकारन की कोशिश की गई है पर मैं समझना कि एक अजिहे संघर्ष को ढा लाने की कोशिश हैगी है और जिसका नतीजा भी आप 26 जनवरी देखा है कि जो संघर्ष पंजाब का संघर्ष है जो वृतांत पंजाब का सिरजा जा रहा है किसान सिरजा जा रहा है सिक्खी का सिरजा जा रहा है जिवें सारी दुनिया लंगर संगत वर्गिया सिख परंपरावां की आशिश कर रही थी सारे पंजाब के किसानों की बहादुरी के लड़ाकूपने की खूब मतलब गुण गुणगान कर रही थी अचानक 26 जनवरी सारा वृतांत जरा वो मोदी के अपने हक में उन्होंने कर लिया है टीवी मीडिया चैनल तैयार बैठे थे उत्थे की घटना का कोई सियासी लाहा तो की होना सेगा वो तो आप सारे जानते हैं उदा उन्होंने उल्टा उन्होंने उन्होंने अलाओ भी किया पुलिस आराम बैठ के करवादी भी रही है जो झंडा झुल गया उत्थे अपना जो समंथक झंडा से जो निशान साहब से जिसे किसी को इतराज होना किसी भी कोई इतराज नहीं सेगा क्योंकि वो कोई खालिस्तान झंडा नहीं सेगा पर उन्होंने जो जो बहाना चाहिए सी बड़ी लंबे समय तलाश सी बड़े उग्र तरीके डीकदे पे से कि बहाना मिले क्योंकि पहला सारे नरेटिव ये खालिस्तानी है ये माओवादी है ये टुकड़ा टुकड़ा गैंग है ये नक्सलाइट है सारे वृतांत किसान लीडर ने खारिज कर दिए वो चलन नहीं दिए है उन्होंने नवे वृतांत की लोड़ सी वह वृतांत किसी जी कार्रवाई ना ना ही संभव से जिदे वो जिद कोई लोगों को दिखाने वास्ते हो आ रहे बंद जिन्होंने आ कुछ कर दिता है और लाल किला संबोलिक बना के पेश करके उत्थे सा निशान साहब है खालिस्तानी झंडा दस के टीवी मीडिया पहले ही तैयार बैठा से अगला वृतांत लोगों के गल पाने वास्ते लोगों को सुनाने वास्ते उन्होंने उन्होंने ये जो अटैम्प्ट सरकार का वह पूरा होया है तो ये मैं नहीं कहता कि कोई नुकसान नहीं होया लाजमी तौर पर जो किसान अंदोलन से नुकसान होया है जो एक शांति वाली दिख सी जो एक डिसिपलिन की दिख सी सारी दुनिया में जो डिसिपलिन दिख में भी नुकसान होया है तो उस पर हम अंदोलन मुड़ पक्के पैरी हो गया पर मैं एक कहन कोई झिझक नहीं हैगी है कि जिस जिस सियासी परिपक्वता नाल जिस सियासी कलैरिटी नाल जिस सियासी दूरदर्शता नाल जां स्पष्टता नाल पंजाब दे किसान तुरे सीगे चकैत साहब नूं मेरा सलाम है वह बहुत वड्डे लीडर ने पर मैं समझना कि अज जिहड़ा अंदोलन है वह टकैत साहब उहदे मुख करधारता करता ने भावें पंजाब दे जो लीडर ने उन्हां थां भी उत्थे बराबर बनिया होया टकैत साहब कहिंदे आ कि जो युद्ध दे दौरान ना मंच बदलांगे ना मतलब असीं अपने लीडर बदलांगे उन्हां दी पंजाब दी अगवाई जे अंदोलन चलूगा काश इस तरह होवे ताकि जिहड़ी सियासी तौर ते कोई जिहड़ी थिड़कण हैगी है इस अंदोलन च ना आवे और जिहड़े बीजेपी दीआं जो चालां चलण दी छात्रा चाला चलनी जो जो समर्था हैगी है उन्हों मात पवे ते पंजाब दे किसानां द्वारा रचिया वृतांत जिहड़ा कि एंटी कारपोरेट
कैपिटल और एंटी कारपोरेट और एंटी फासिज्म हैगा है जिहड़ा मोदी का पिछले सात साल का खास तौर पर तीन साल का जो एजेंडा हैगा है उन्होंने मात पाता हो मतलब मेजता होनू चुनौती बनता हो बरतांत मैं मैं आस करदा यह बनिया रहूगा और किसानी संघर्ष मतलब तकरीबन तकरीबन जित वाल जरा कदम चुक के मतलब जित थोड़ी घट हो सकती है अंशक हो सकती हैगी है पर लाजमी तौर पर जी महत्ता हैगी है वो एक तो किसानी बिलों के मनसूख होने तीन चार साल वास्ते सरकार को पिछले मोड़ा कट्ट वास्ते मजबूर करने की उत्थे पई हैगी है तो दूजा जो झाका खुलिया हिंदुस्तान का जो लोगों का झाका खुलिया है इस निजाम के खिलाफ उसकी महत्ता पई हैगी है और बड़े दूर रस नतीजे निकलेंगे इसकी मैं आस हैगी जी। जदों मैं तुहानूं इह सवाल पुछदा है कि पिछले कई दिनों तो 26 तो बाद विचारधारक वखरेवियां दी गल बार बार आउंदी सीगी मैनूं उह नहीं समझ आई कि अंदोलन किसानी दा लेकिन इहदे विच विचारधारक वखरेवें जां गर्म ख्याली गल्लां इहनां नूं लै के और इस थ्रैट नूं लै के हुण जे कुछ कहना होवे ते तुहाडे कोल की कहण लई आ क्योंकि तुसीं शुरुआत दे विच शंभू मोर्चे नाल भी जुड़े रहे हो तुहाडियां मीटिंग्स दीप सिद्धू नाल भी हुंदियां रहियां ਪੰਜਾਬ ਦੇ ਵਿੱਚ ਇੱਕ ਤੀਜੀ ਧਿਰ ਖੜੀ ਕਰਨ ਦੀ ਵੀ ਕੋਸ਼ਿਸ਼ ਹੋਈ ਆ ਤੁਸੀਂ ਵੀ ਕੋਸ਼ਿਸ਼ ਕਰ ਰਹੇ ਸੀਗੇ ਜਾਂ ਉਹਦਾ ਹਿੱਸਾ ਸੀ ਕਿਸੇ ਵੇਲੇ ਕਿ ਪੰਜਾਬ ਦੇ ਵਿੱਚ ਕੋਈ ਤੀਜਾ ਚੌਥਾ ਫਰੰਟ ਸੱਤਾ ਦੇ ਵਿੱਚ ਵਿਵਸਥਾ ਦੇ ਵਿੱਚ ਕੋਈ ਸਿਫਤੀ ਤਬਦੀਲੀ ਕਰ ਸਕੇ। ਦੇਖੋ ਜੀ ਅਸੀਂ ਤਾਂ ਪਿਛਲੇ 4-5 ਸਾਲ ਤੋਂ ਲਗਾਤਾਰ ਅਸੀਂ ਸੈਂਕੜੇ ਮੀਟਿੰਗਾਂ ਕਰਕੇ ਕੋਈ 4-500 ਘੰਟਾ ਬਹਿਸ ਕਰਕੇ ਪੰਜਾਬ ਦੇ 20-25 ਬੰਦੇ ਨੇ ਅਸੀਂ ਬੜੀ ਸਖਤ ਮਿਹਨਤ ਕਰਕੇ ਪੰਜਾਬ ਮੰਚ ਪਹਿਲਾਂ ਪੰਜਾਬ ਫਰੰਟ ਫਿਰ ਪੰਜਾਬ ਮੰਚ ਫਿਰ ਨਵਾਂ ਪੰਜਾਬ ਪਾਰਟੀ ਦਾ ਗਠਨ ਕੀਤਾ ਹੈਗਾ ਤਾਂ ਕਿ ਪੰਜਾਬੀ ਕੌਮ ਦਾ ਇੱਕ ਸਾਂਝਾ ਜਿਹੜਾ ਅਕਸ ਹੈਗਾ ਉੱਭਰ ਸਕੇ ਔਰ ਇੱਕਜਹਤੀ ਨਾਲ ਪੰਜਾਬੀ ਕੌਮ ਆਪਣੀ ਮੰਗਾਂ ਵਾਸਤੇ ਫੈਡਰਲ ਢਾਂਚੇ ਵਾਸਤੇ ਅਤੇ ਰਾਜਾਂ ਦੇ ਵਾਧੇ ਅਧਿਕਾਰਾਂ ਇੱਥੇ ਤੱਕ ਰਾਜਾਂ ਦੀ ਖੁਦ ਮੁਖਤਿਆਰੀ ਬਾਰੇ ਜਿਹੜੀ ਆਵਾਜ਼ ਆ ਹਿੰਦੁਸਤਾਨ ਭਰ ਦੇ ਜੋ ਦੂਜੇ ਰਾਜ ਨੇ ਜਿਹੜੇ ਕਿ ਸੈਂਟਰ ਵੱਲੋਂ ਜੋ ਸੈਂਟਰਲਾਈਜੇਸ਼ਨ ਦੀ ਪ੍ਰੋਸੈਸ ਹੈ ਜਿਹੜੀ ਕਿ ਡੀਸੈਂਟਰਲਾਈਜ਼ ਹੋਣੀ ਚਾਹੀਦੀ ਵਿਕੇਂਦਰੀਕਰਨ ਹੋਣਾ ਚਾਹੀਦਾ ਸੀ ਉਹਦੇ ਇਲਾਵਾ ਜੋ ਸੱਤਾ ਦਾ ਜੋ ਸਾਧਨਾਂ ਦਾ ਅਤੇ ਜੋ ਪੈਸੇ ਦਾ ਜੋ ਕੇਂਦਰੀਕਰਨ ਹੋ ਗਿਆ ਹੈਗਾ ਔਰ ਜੋ ਰਾਜਾਂ ਦੇ ਅਧਿਕਾਰ ਲਗਾਤਾਰ ਖੁਰ ਰਹੇ ਹੈ ਉਹਦੇ ਵਾਸਤੇ ਅਸੀਂ ਲਗਾਤਾਰ ਕੋਸ਼ਿਸ਼ਾਂ ਜਾਰੀ ਸੀਗੀਆਂ। ਸ਼ੰਭੂ ਮੇਰੇ ਨੇੜੇ ਪੈਂਦਾ ਸੀ ਮੈਂ ਇੱਕ ਵਾਰ ਜਾ ਗਿਆ ਉੱਥੇ ਉਸ ਤੋਂ ਬਾਅਦ ਮੈਂ ਉੱਥੇ ਨਹੀਂ ਗਿਆ ਉਸ ਤੋਂ ਬਾਅਦ ਦੀਪ ਸਿੱਧੂ ਮੈਨੂੰ ਮਿਲਣ ਆਏ ਹੈਗੇ ਨੇ 15-20 ਮਿੰਟ ਦੀ ਮੀਟਿੰਗ ਤੁਸੀਂ ਕੀ ਗੱਲ ਕਰੋਗੇ ਤੁਸੀਂ ਉਹ ਕਹਿੰਦੇ ਜੀ ਪਾਰਟੀ ਬਣਾਉਣੀ ਮੈਂ ਕਿਹਾ ਜੀ ਆਪਾਂ ਸੋਚਾਂਗੇ ਮੇਰਾ ਡਾਕੂਮੈਂਟ ਹੈ ਅਸੀਂ ਬੜੀ ਮਿਹਨਤ ਨਾਲ ਤਿਆਰ ਕੀਤਾ ਤੁਸੀਂ ਪੜ੍ਹ ਲਿਓ ਉਸ ਤੋਂ ਬਾਅਦ ਕੋਈ ਗੱਲ ਨਹੀਂ ਮੈਂ ਤਾਂ ਫਿਰ ਦਿੱਲੀ ਆਪਣੇ ਮੈਡੀਕਲ ਕੈਂਪ ਲਾ ਕੇ ਗਿਆ ਲੋਕਾਂ ਨੂੰ ਮਿਲਣ ਗਿਆ ਉੱਥੇ 5-6 ਵਾਰ ਦਿੱਲੀ ਗਿਆ ਮੇਰੀ ਕਦੀ ਉਹਨਾਂ ਦੀ ਮੁਲਾਕਾਤ ਨਹੀਂ ਹੋਈ ਪਰ ਜਿਹੜਾ ਦੋ ਬਰਤਾਂਤ ਅਲੱਗ ਅਲੱਗ ਚੱਲਦੇ ਸੀਗੇ ਇੱਕ ਬਰਤਾਂਤ ਸ਼ੁਰੂ ਤੋਂ ਲੱਗੇ ਇਹਨਾਂ ਨੇ ਮਤਲਬ ਦੀਪ ਸਿੱਧੂ ਹੋਰਾਂ ਨੇ ਜਿਹਨਾਂ ਪਿੱਛੇ ਕੁਛ ਸਿੱਖ ਬੁੱਧੀਜੀਵੀ ਸ਼ਾਮਿਲ ਸੀਗੇ ਮੈਂ ਮੇਰਾ ਕਿਸੇ ਖਿਲਾਫ਼ ਕੋਈ ਇਹ ਨਹੀਂ ਕਿ ਮੈਂ ਕਿਸੇ ਦੀ ਕੋਈ ਬੁਰਾਈ ਕਰ ਰਿਹਾ ਹੈਗਾ ਉਹਨਾਂ ਨੇ ਇੱਕ ਬਰਤਾਂਤ ਸਿਰਜਿਆ ਸੀਗਾ ਕਿ ਇਹ ਤਾਂ ਕੋਈ ਅਲੋਕਾਰੀ ਘਟਨਾ ਵਾਪਰ ਗਈ ਹੈ ਕਿਸਾਨੀ ਅੰਦੋਲਨ ਐਡਾ ਬੜਾ ਇਕੱਠ ਇਹ ਮਤਲਬ ਜਿਹਨੂੰ ਕਹਿੰਦੇ ਆ ਕਿ ਉੱਪਰੋਂ ਕੁਛ ਹੁਕਮ ਹੋਇਆ ਹੈਗਾ ਹੈ ਜਾਂ ਮਤਲਬ ਇਹ ਜਿਹਨੂੰ ਕਹਿੰਦੇ ਆ ਬੜਾ ਸ਼ਬਦ ਪਾਪੂਲਰ ਸ਼ਬਦ ਹੈਗਾ ਹੈ ਕਿ ਭਾਣਾ ਵਾਪਰ ਗਿਆ ਹੈਗਾ ਹੈ ਅਤੇ ਇਹਦੇ 'ਚ ਮਤਲਬ ਜਿਵੇਂ ਕਿ ਮਨੁੱਖਾਂ ਦਾ ਕੋਈ ਰੋਲ ਨਹੀਂ ਹੁੰਦਾ ਕਿਸਾਨ ਜਥੇਬੰਦੀਆਂ ਕੋਈ ਰੋਲ ਨਹੀਂ ਹੁੰਦਾ ਹੈਗਾ ਕਿ ਇਹ ਇਹਦੇ ਵਿੱਚ ਉਹਨਾਂ ਨੇ ਹਮੇਸ਼ਾ ਲੀਡਰਸ਼ਿਪ ਨੂੰ ਉਹਨਾਂ ਦੀ ਸੰਗਠਨ ਨੂੰ ਜਾਂ ਉਹਨਾਂ ਦੀ ਪਿਛਲੇ 30-35 ਸਾਲ ਤੋਂ ਡੰਕਲ ਕਮਿਸ਼ਨ ਦੀਆਂ ਡੰਕਲ ਰੈਕਮੈਂਡੇਸ਼ਨ ਤੋਂ ਲੈ ਕੇ ਗੈਡ ਤੋਂ ਲੈ ਕੇ WTO ਤੋਂ ਲੈ ਕੇ ਜੋ ਪਿਛਲੇ 35-40 ਸਾਲ ਲਗਾਤਾਰ ਕਿਸਾਨਾਂ ਨੂੰ ਚੇਤਨ ਕਰਦੇ ਆ ਰਹੇ ਸੀ ਸੰਗਠਨ ਆਪਣੇ ਬਣਾ ਰਹੇ ਸੀਗੇ ਤਾਂ ਕਿ ਇਸ ਜਿਹੜਾ ਹੱਲਾ ਹੈਗਾ ਹੈ ਗਲੋਬਲ ਕੈਪੀਟਲ ਦਾ ਕਿਸਾਨੀ ਤੇ ਹੋਣ ਵਾਲਾ ਹੈਗਾ ਜਿਹੜਾ ਯੂਰਪ 'ਚ ਪਹਿਲਾਂ ਹੋ ਗਿਆ ਅਮਰੀਕਾ 'ਚ ਪਹਿਲਾਂ ਹੋ ਗਿਆ ਉਹ ਭਾਰਤ ਵਰਗੇ ਗਰੀਬ ਮੁਲਕ ਜਿੱਥੇ 60% ਲੋਕੀ ਜਿਹੜੀ ਕਿਸਾਨੀ ਤੇ ਨਿਰਭਰ ਹੈਗੇ ਆ ਉਹਨਾਂ ਦੇ ਮਤਲਬ ਰੋਟੀ ਰੋਜੀ ਦਾ ਸਾਧਨ ਹੈ ਰੁਜ਼ਗਾਰ ਦਾ ਸਾਧਨ ਹੈਗੇ ਜੇ ਹੱਲਾ ਭਾਰਤ ਵਿੱਚ ਹੋਇਆ ਤਾਂ ਇੱਥੇ ਜੋ ਤਬਾਹੀ ਮਚਾਊਗੀ ਉੱਥੇ ਦਾ ਅਮਰੀਕਾ ਦਾ ਕਿਉਂਕਿ ਇੰਡਸਟਰੀਲਾਈਜ਼ ਮੁਲਕ ਸੀਗੇ ਉੱਥੇ ਦਾ ਲੇਬਰ ਸਾਂਭ ਲਈ ਇੰਡਸਟਰੀ ਨੇ ਪਰ ਇੱਥੇ ਜੇ ਕਿਸਾਨੀ ਤਬਾਹ ਹੋਊਗੀ ਤਾਂ ਇੱਥੋਂ ਦੀ ਲੇਬਰ 'ਚ ਕਿਤੇ ਜਾਣ ਜੋਗੀ ਨਹੀਂ ਭੁੱਖੇ ਮਰਨ ਤੋਂ ਇਲਾਵਾ ਜਾਂ ਕਾਰਪੋਰੇਟ ਦੇ ਨੌਕਰ ਬਣਨ ਤੋਂ ਇਲਾਵਾ ਕਿਸਾਨੀ ਜਿਹੜਾ ਕਿਸਾਨ ਨਾਲ ਔਰਗੈਨਿਕ ਰਿਸ਼ਤਾ ਹੈਗਾ ਪੰਜਾਬੀਆਂ ਦਾ ਜਾਂ ਪੰਜਾਬ ਦੇ ਹਿੰਦੁਸਤਾਨ ਦੇ ਲੋਕਾਂ ਦਾ ਉਹ ਖਤਮ ਕਰਕੇ ਇਹਨੂੰ ਇੱਕ ਵਪਾਰਕ ਵਿਸ਼ਾ ਬਣਾ ਕੇ ਜੋ ਉਹਨਾਂ ਨੂੰ ਪਤਾ ਸੀਗਾ ਜਿਹੜੀ 35-40 ਸਾਲ ਤੋਂ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਡੰਕਲ ਰਿਪੋਰਟ ਤੋਂ ਲੈ ਕੇ ਗੈਡ ਤੋਂ ਲੈ ਕੇ WTO ਤੋਂ ਲੈ ਕੇ ਉਹ ਜੋ ਉਹਦਾ ਜੋ ਰੋਲ ਸੀਗਾ ਉਹਨੂੰ ਨਕਾਰਨ ਦਾ ਤੇ ਕਲਾ ਵਰਤ ਗਈ ਕਹਿੰਦੇ ਜੀ ਕਲਾ ਵਰਤ ਗਈ ਮੈਨੂੰ ਸ਼ਬਦ ਯਾਦ ਆ ਗਿਆ ਕਿ ਤਾਂ ਉੱਪਰੋਂ ਕਲਾ ਵਰਤੀ ਹੈਗੀ ਹੈ ਜਿਹਦੇ 'ਚ ਦੀਪ ਸਿੱਧੂ ਹੋਣੀ ਜੇ ਉਹਦੇ ਨਾਲ ਦੇ ਹੋਰ 5-4 ਜੋਟੀਦਾਰ ਇਸ ਪ੍ਰੋਪੇਗੰਡ ਨੂੰ ਲੈ ਕੇ ਕਲਾ ਵਰਤਣ ਨੂੰ ਲੈ ਕੇ ਤੇ ਕਿਸਾਨੀ ਸੰਘਰਸ਼ ਦੇ ਜਿਹੜੇ ਰਚਨਹਾਰੇ ਸੀਗੇ ਸੰਗਠਨ ਬਣਾਉਣ ਵਾਲੇ ਸੀਗੇ 40-35-40 ਸਾਲ ਤੋਂ ਉਹਨਾਂ ਦੀ ਮਿਹਨਤ ਨੂੰ ਉਹਨਾਂ ਦੇ ਯੋਗਦਾਨ ਨੂੰ ਲਗਾਤਾਰ ਨਕਾਰਦੇ ਰਹੇ ਹੈ ਤੇ ਉਹਨਾਂ ਦੇ ਖਿਲਾਫ਼ ਭੰਡੀ ਪ੍ਰਚਾਰ ਕਰਦੇ ਰਹੇ ਹੈ ਕਦੀ ਕਹਿੰਦੇ ਇਹਨਾਂ ਲੱਤਾਂ ਜ਼ੋਰ ਹੈ ਨਹੀਂ ਕਦੀ ਕਹਿੰਦੇ ਇਸ ਗੱਲ ਦੇ ਕਾਬਲ ਹੈ ਨਹੀਂ ਹੈ ਕਦੀ ਕਹਿੰਦੇ ਇਹ ਤਾਂ ਮੰਡੀਆਂ 'ਚ
ਇੰਸਪੈਕਟਰ ਘੇਰਨ ਵਾਲੇ ਸੀਗੇ, ਇਹ ਦਿੱਲੀ ਸਰਕਾਰ ਨਾਲ ਕਿਵੇਂ ਮੱਥਾ ਲਾਣਗੇ, ਪਰ ਉਹਨਾਂ ਨੇ 13-14, 12-13 ਮੀਟਿੰਗ ਰਾਊਂਡ ਵਿੱਚ ਜਾ ਕੇ ਆਪਣੀ ਦਲੀਲ ਭਰਪੂਰ ਗੱਲ ਕਰਕੇ ਪੂਰੇ ਤਿਆਰੀ ਨਾਲ ਜਾ ਕੇ ਉਹਨਾਂ ਨੇ ਸਾਬਤ ਕਰ ਦਿੱਤਾ, ਨਿਰੁੱਤਰ ਕਰ ਦਿੱਤਾ ਅਫਸਰ ਸ਼ਾਹੀ ਨੂੰ ਵੀ ਤੇ ਇਹਨਾਂ ਦੇ ਵਜ਼ੀਰਾਂ ਅਮੀਰਾਂ ਨੂੰ ਵਜ਼ੀਰਾਂ ਨੂੰ ਵੀ ਕਿ ਇਹ ਮਤਲਬ ਅਸੀਂ ਇਸ ਗੱਲ ਦੇ ਕਾਬਲ ਹੈ, ਤੁਹਾਨੂੰ ਨਿਗੋਸ਼ੀਏਟ ਕਰ ਸਕਦੇ, ਪੂਰੀ ਤਿਆਰੀ ਨਾਲ ਕਰ ਸਕਦੇ ਹਾਂ ਔਰ ਤੁਹਾਡੇ ਕਾਨੂੰਨ ਗਲਤ ਨੇ, ਉਹਨਾਂ ਨੂੰ ਪਿਛਲ ਮੋੜਾ ਕੱਟਣ ਵਾਸਤੇ ਪਹਿਲਾਂ ਕਹਿੰਦੇ ਇੱਕ ਸੌਦਾ ਕਰਵਾ ਲਓ, ਫਿਰ ਕਹਿੰਦੇ ਵਾਪਸ ਲੈ ਲਵਾਂਗੇ, ਇੱਥੇ ਕੋਲੋਂ ਲੈਣ ਦਾ ਥੱਲੇ ਦੇਖ ਲਿਆ ਹੈਗਾ ਸਰਕਾਰੀ ਜਿਹੜੇ ਬੰਦੇ ਸੀਗੇ ਅਫਸਰ ਸ਼ਾਹ ਤੇ ਇਹਨਾਂ ਦੇ ਮਿਨਿਸਟਰ ਹੈਗੇ ਆ, ਸੋ ਉਹਨਾਂ ਨੇ ਆਪਣੀ ਲਿਆਕਤ ਪੂਰੀ ਦਿਖਾਈ ਹੈਗੀ ਹੈ, ਪਰ ਇੱਕ ਜ਼ੋਰ ਲੱਗਿਆ, ਲਗਾਤਾਰ ਜ਼ੋਰ ਲੱਗਿਆ ਰਿਹਾ ਕਿ ਇਹ ਅੰਦੋਲਨ ਸਿਰੇ ਨਹੀਂ ਚੜ ਸਕਦੇ, ਇਹ ਇਸ ਜੋਗੇ ਹੈ ਨਹੀਂ ਹੈਗੇ ਆ, ਇਹਨਾਂ ਇਹ ਤਾਂ ਕਲਾਵਰਤੀ ਹੈ ਕੋਈ, ਇਹ ਤਾਂ ਵਾਹਿਗੁਰੂ ਆਪ ਆ ਕੇ ਬੈਠ ਗਿਆ ਇੱਥੇ, ਉਹ ਜਿਹੜਾ ਇੱਕ ਗੈਰ ਵਿਗਿਆਨਕ ਵਰਤਾਂਤ ਸੀਗਾ ਉਹ ਲਗਾਤਾਰ ਚੱਲਦਾ ਪਿਆ ਸੀ, ਜਿਹਦੇ ਚੱਲਦਿਆਂ ਹੋਇਆ 26 ਦੀਆਂ ਘਟਨਾਵਾਂ ਨਿਕਲੀਆਂ, 26 ਦੇ ਜਿਹੜਾ ਲਹਿਰ ਨੂੰ ਕਿਸਾਨੀ ਲਹਿਰ ਨੂੰ ਬਹੁਤ ਨੁਕਸਾਨ ਪਹੁੰਚਾਇਆ, ਤਕੈਰ ਸਾਹਿਬ ਦੇ ਆਂਸੂ ਜਿਹੜੇ ਕਹਿੰਦੇ ਉਹਨਾਂ ਨੇ ਬੜਾ ਅਸਰ ਪਾਇਆ, ਪਰ ਅਸਲ ਚ ਨੁਕਸਾਨ ਫੇਰ ਵੀ ਜਿਹੜੀ ਲੀਡਰਸ਼ਿਪ ਸੀਗੀ, ਜਿਹੜਾ ਵਰਤਾਂਤ ਸੀਗਾ ਪੰਜਾਬ ਦੁਆਲੇ ਸਿਰਜਿਆ ਜਾ ਰਿਹਾ ਸੀ, ਕਿਸਾਨੀ ਦੁਆਲੇ ਸਿਰਜਿਆ ਜਾ ਰਿਹਾ ਸੀ, ਸਿੱਖਾਂ ਦੁਆਲੇ ਸਿੱਖ ਧਰਮ ਦੁਆਲੇ ਸਿਰਜਿਆ ਜਾ ਰਿਹਾ ਸੀ, ਉਸ ਵਰਤਾਂਤ ਨੂੰ ਕਿਤੇ ਨਾ ਕਿਤੇ ਹਿੰਦੁਸਤਾਨ ਚ ਵੀ ਤੇ ਦੁਨੀਆਂ ਚ ਵੀ ਇੱਕ ਸੱਟ ਵੱਜੀ ਹੈ ਕਿ ਸ਼ਾਂਤੀਪੂਰਵਕ ਢੰਗ ਨਾਲ ਕਿਵੇਂ ਅੱਜ ਦੇ ਦੌਰ ਚ ਵੀ ਇੰਨੀ ਮਜ਼ਬੂਤ ਸਰਕਾਰ ਨੂੰ, ਇੰਨੀ ਇੱਕ ਡਿਟਰਮਿਨਡ ਸਰਕਾਰ ਨੂੰ ਕਿਵੇਂ ਪੜ੍ਹਨੇ ਪਾਇਆ ਜਾ ਸਕਦਾ ਹੈਗਾ, ਉਸ ਵਰਤਾਂਤ ਨੂੰ ਨੁਕਸਾਨ ਪੁੱਜਿਆ ਜੀ। ਮੈਨੂੰ ਸਿਰਫ ਇਹ ਦੱਸਿਓ ਕਿਉਂਕਿ ਤੁਸੀਂ ਸੱਚ ਬੋਲਣ ਲਈ ਜਾਣੇ ਜਾਂਦੇ ਹੋ ਔਰ ਤੁਸੀਂ ਅਕਸਰ ਗੱਲ ਛਪਾਉਂਦੇ ਨਹੀਂ, ਦੀਪ ਸਿੱਧੂ ਦੇ ਨਾਲ ਉਹ ਜਿਹੜੇ ਵਿਦਵਾਨ ਲੋਕ ਸੀ, ਕਿਉਂਕਿ ਕਿਤੇ ਕਿਤੇ ਉਹਨਾਂ ਦਾ ਹਵਾਲਾ ਵੀ ਆ ਜਾਂਦਾ, ਜ਼ਿਕਰ ਕਰੋਗੇ ਕਿਉਂਕਿ ਸ਼ੁਰੂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਲੜਾਈ ਅਸੀਂ ਲੜ ਰਹੇ ਹਾਂ ਨਾਲ ਪੂਰੀ ਤਰ੍ਹਾਂ ਸਮਰਪਿਤ ਹਾਂ, ਲੇਕਿਨ ਜੇਕਰ ਇਹ ਅੰਨਾ ਹਜ਼ਾਰੇ ਦੇ ਅੰਦੋਲਨ ਵਾਂਗ ਪਾਰਟੀ ਕੱਢਣ ਦਾ ਹੀ ਸਿਲਸਿਲਾ ਸੀ, ਤੇ ਮੈਂ ਗਾਂਧੀ ਜੀ ਤੋਂ ਸਮਝਣ ਦੀ ਕੋਸ਼ਿਸ਼ ਕਰਨਾ ਚਾਹੂੰਗਾ ਕਿ ਆਖਿਰ ਜਿਹੜਾ ਇਹ ਸ਼ੰਭੂ ਮੋਰਚਾ ਸੀ ਇਹ ਚਾਹੁੰਦਾ ਕੀ ਸੀ, ਇਹ ਪੰਜਾਬ ਦੇ ਵਿੱਚ 2022 ਦੇ ਵਿੱਚ ਇੱਕ ਕੋਈ ਨਵੀਂ ਧਿਰ ਬਣਾਉਣਾ ਚਾਹੁੰਦਾ ਸੀ, ਕਿਸਾਨੀ ਅੰਦੋਲਨ ਬਿਲਕੁਲ ਵੱਖਰੀ ਚੀਜ਼ ਆ, 2022 ਬਿਲਕੁਲ ਵੱਖਰੀ ਚੀਜ਼ ਆ, ਸੋ ਮੈਨੂੰ ਇੱਥੇ ਥੋੜਾ ਨਖੇੜਾ ਕਰਕੇ ਦੱਸਿਓ ਕਿ ਅਸੀਂ ਕਿੱਥੇ ਭਟਕੇ, ਅਸੀਂ 26 ਕਿਉਂ ਵਾਪਰੀ, ਇਹਦੇ ਉੱਤੇ ਜ਼ਰੂਰ ਦੱਸਿਓ। ਦੇਖੋ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਲੋਕਾਂ ਦੀਆਂ ਕਿਆ ਸਰਾਈਆਂ ਬਿਲਕੁਲ ਦਰੁਸਤ ਹੈ ਕਿ ਕੁਛ ਲੋਕ ਆਮਾਦਾ ਸੀ ਇਸ ਗੱਲ ਤੇ, ਜਿਹਨਾਂ 'ਚ ਸਿੱਖ ਵਿਦਵਾਨ 5-4 ਤੋਂ ਵੱਧ ਨਹੀਂ ਮੈਂ ਕਹਿ ਸਕਦਾ ਪੰਜਾਬ 'ਚ, ਤਾਂ ਕੁਛ ਇੱਕ ਦੋ ਬਾਹਰਲੇ ਹੋਣਗੇ, ਕੁਛ ਇੱਕ ਦੋ ਵਿਦਵਾਨ ਬਾਹਰਲੇ ਹੋਣਗੇ ਤੇ ਨਾਂ ਲੈਣ ਦਾ ਕੋਈ ਫਾਇਦਾ ਨਹੀਂ, ਸਾਰੇ ਲੋਕੀ ਜਾਣਦੇ ਹੈਗੇ ਆ। ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਇਸ ਅੰਦੋਲਨ ਵਿੱਚੋਂ ਜਿੰਨੀ ਮਸ਼ਾਲ ਲਾਮਬੰਦੀ ਹੋ ਗਈ ਹੈ, ਇਹ 'ਚ ਇੱਕ ਜੋ ਸਿੱਖ ਵਰਤਾਂਤ ਹੈ ਉਹਦੇ ਦੁਆਲੇ ਵੀ ਮਤਲਬ ਇਹਨੂੰ ਜਾਂ ਐਂ ਕਹਿ ਲਓ ਕਿ ਐਕਸਟੈਂਡਰਡ ਪੰਜਾਬ ਦਾ ਵਰਤਾਂਤ ਹੈ, ਉਹਦੇ ਜੋ ਸਮੁੱਚਾ ਪੰਜਾਬੀ ਦਾ ਪ੍ਰੋਗਰਾਮ ਹੈਗਾ ਜਾਂ ਪੰਜਾਬੀ ਕੌਮ ਦਾ ਪ੍ਰੋਗਰਾਮ ਹੈਗਾ, ਜਿਹਨੂੰ ਆਮ ਤੌਰ ਤੇ ਸਿੱਖ ਕੌਮ ਕਹਿੰਦੇ, ਜਦਕਿ ਮੈਂ ਕਹਿੰਦਾ ਕਿ ਧਰਮ ਦੇ ਨਾਂ ਤੇ ਕੌਮ ਨਹੀਂ ਹੁੰਦੀ, ਕੌਮਾਂ ਦੇ ਵਿੱਚ ਅਲੱਗ ਅਲੱਗ ਧਰਮ ਹੋ ਸਕਦੇ, 47 ਤੋਂ ਪਹਿਲਾਂ ਜਿਹੜੀ ਪੰਜਾਬੀ ਕੌਮ ਸੀਗੀ 7 ਕਰੋੜ ਮੁਸਲਮਾਨ ਉਸ ਪੰਜਾਬੀ ਕੌਮ ਦਾ ਹਿੱਸਾ ਸੀਗੇ, ਅੱਜ ਪੰਜਾਬੀ ਕੌਮ 'ਚ ਸਿੱਖ ਹੈਗੇ ਆ, ਹਿੰਦੂ ਹੈਗੇ ਆ, ਦਲਿਤ ਹੈਗੇ ਆ, 33% ਦਲਿਤ ਨੇ ਪੰਜਾਬ 'ਚ, ਉਹ ਪੰਜਾਬੀ ਕੌਮ ਦਾ ਹਿੱਸਾ ਨੇ, ਸਿੱਖ ਧਰਮ ਹੋ ਸਕਦਾ, ਜੇ ਸਿੱਖ ਧਰਮ ਵਿੱਚ ਜਾਤੀ ਹੋਣਗੀਆਂ ਇਕੱਲੇ ਸਿੱਖ ਕਿਉਂ, ਆਪਾਂ ਸਾਰੇ ਲੜਾਂਗੇ, ਪੰਜਾਬੀ ਤੌਰ ਤੇ ਲੜਾਂਗੇ, ਜਮਹੂਰੀ ਪਸੰਦ ਤੇ ਧਰਮ ਨਿਰਪੱਖ ਲੋਕਾਂ ਦੇ ਤੌਰ ਤੇ ਲੜਾਂਗੇ, ਸੋ ਉਹ ਗੱਲ ਅਲੱਗ ਹੈਗੀ ਹੈ, ਪਰ ਇਹਨੂੰ ਮਤਲਬ ਸਿੱਖੀ ਦੇ ਨਾਲ ਜੋੜ ਦੇਣਾ ਕਿਸਾਨੀ ਅੰਦੋਲਨ ਨੂੰ ਔਰ ਇਹ ਕਹਿਣਾ ਕਿ ਕਲਾ ਵਰਤ ਗਈ, ਵਾਹਿਗੁਰੂ ਨੇ ਕਲਾ ਵਰਤਾਤੀ ਹੈਗੀ ਹੈ, ਇਹ ਜਿਹੜਾ ਤਰੀਕਾ ਸੀਗਾ ਉਹ 'ਚ ਸੱਚਮੁੱਚ ਹੀ ਇਹਦੇ ਵਿੱਚੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਦੀ ਤਰ੍ਹਾਂ ਸ਼ੁਰੂ ਤੋਂ ਹੀ ਇੱਕ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ, ਜਿਹ 'ਚੋਂ ਇੱਕ ਪਾਰਟੀ ਕੱਢਣ ਦਾ ਪ੍ਰੋਗਰਾਮ ਸੀਗਾ, ਇੱਕ ਮੂਵਮੈਂਟ ਪੋਲੀਟੀਕਲ ਇੱਕ ਆਰਗਨਾਈਜੇਸ਼ਨ ਕੱਢਣ ਦਾ ਮਕਸਦ ਸੀਗਾ, ਜਿਹ 'ਚੋਂ ਮੈਨੂੰ ਵੀ ਮਿਲੇ ਨੇ ਬਹੁਤ ਲੋਕਾਂ ਨੂੰ, ਪੰਜਾਬ ਦੀਪ ਸਿੱਧੂ ਸ਼ੰਭੂ ਮੋਰਚੇ ਦੌਰਾਨ ਬਹੁਤ ਲੋਕਾਂ ਨੂੰ ਮਿਲੇ ਨੇ, ਹਾਲਾਂਕਿ ਸ਼ੰਭੂ ਮੋਰਚੇ ਬਹੁਤ ਘੱਟ ਹੁੰਦਾ ਸੀਗਾ, ਹੌਲੀ ਹੌਲੀ ਇੱਕ ਕਰਕੇ ਸਾਥੀ ਛੱਡਦੇ ਗਏ, ਜਾਂਦੇ ਰਹੇ ਉੱਥੋਂ, ਔਰ ਬੜੀਆਂ ਵਿਵਾਦਤ ਸਟੇਟਮੈਂਟਾਂ ਮਿਸਟਰ ਦੀਪ ਸਿੱਧੂ ਦੀ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਉਹ ਹਰ ਗੱਲ 'ਤੇ ਫਸਦੇ ਨਜ਼ਰ ਆ ਰਹੇ ਸੀਗੇ, ਉਹਨਾਂ ਕੋਲ ਕੋਈ ਸਪਸ਼ਟ ਜਵਾਬ ਨਹੀਂ ਸੀ ਹੁੰਦੇ ਪੱਤਰਕਾਰਾਂ ਦੇ, ਸੋ ਉਹ ਜਿਹੜਾ ਉਹ ਦਿੱਕਤ ਸੀ ਉਹਦੀ ਨਾਲ ਚੱਲਦੀ ਗਈ ਹੈਗੀ ਹੈ, ਪਰ ਦਿੱਲੀ ਜਾ ਕੇ ਇਸ ਜੋ ਉਹਨਾਂ ਦੇ ਸ਼ੰਭੂ ਤੋਂ ਸ਼ੁਰੂ ਹੋਇਆ ਸੀ ਮੋਰਚਾ, ਉਹਨਾਂ ਨੇ ਅਲੱਗ ਲਾਇਆ ਸੀ ਕਿਸਾਨੀ ਨੂੰ ਛੱਡ ਕੇ ਤੇ ਕਿਸਾਨ ਲਹਿਰ ਨੂੰ ਛੱਡ ਕੇ, ਉਹਨੇ ਜੋ ਦਿੱਲੀ 'ਚੋਂ ਫਿਰ ਜਾ ਕੇ ਉੱਥੇ ਇੱਕ ਲਗਾਤਾਰ ਯੂਥ ਨੂੰ ਲੀਡਰਸ਼ਿਪ ਦੇ ਖਿਲਾਫ ਭੜਕਾਉਣ ਦਾ, ਲੀਡਰਸ਼ਿਪ ਦੇ ਖਿਲਾਫ ਉਹਦੀ ਨਕਾਰਾ ਸਿੱਧ ਕਰਨ ਦਾ, ਲੀਡਰਸ਼ਿਪ ਨੂੰ ਉਹਦਾ ਕੱਦ ਛੋਟਾ ਕਰਨ ਦਾ, ਉਹਨੂੰ ਮਤਲਬ ਬੱਧੂ ਬਣਾਉਣ ਦਾ, ਜੋ ਉਹਦੀ ਲਗਾਤਾਰ ਇਹ ਪ੍ਰਚਾਰ ਕਰਦੇ ਰਹੇ ਨੇ, ਬੋਲਦੇ ਰਹੇ ਨੇ ਬਕਾਇਦਾ ਲਾਈਵ ਹੋ ਕੇ, ਉਸਨੇ ਮਤਲਬ ਇੱਕ ਮਾਹੌਲ ਪੈਦਾ ਕੀਤਾ ਉੱਥੇ ਜਿਹੜਾ ਕਿ ਗਲਤ ਮਾਹੌਲ ਸੀਗਾ, ਜਿਹਦਾ ਅਲਟੀਮੇਟਲੀ ਮੋਦੀ ਸਰਕਾਰ ਨੂੰ ਫਾਇਦਾ ਹੋਣਾ ਸੀਗਾ, ਨਾ ਕਿ ਕਿਸਾਨਾਂ ਨੂੰ ਫਾਇਦਾ ਹੋਣਾ ਸੀ, ਨਾ ਕਿ ਪੰਜਾਬ ਨੂੰ ਫਾਇਦਾ ਹੋਣਾ ਸੀ, ਨਾ ਕਿ ਲੋਕਾਈ ਨੂੰ ਫਾਇਦਾ ਹੋਣਾ ਸੀਗਾ ਜੀ। ਸੋ ਇਹਨਾਂ ਦੀ ਕੋਸ਼ਿਸ਼ ਸੀਗੀ ਕੁਛ ਵਿਦਵਾਨਾਂ ਦੀ ਕਿ ਪੰਜਾਬ 'ਚ ਇੱਕ ਸਿਆਸੀ ਪਾਰਟੀ ਇਸ ਕਿਸਾਨੀ ਅੰਦੋਲਨ 'ਚ ਕੱਢੀ ਜਾਵੇ, ਜਿਹੜੀ ਗਲਤ ਸੀਗੀ, ਜਿਹੜੀ ਇਹਨਾਂ ਚੀਜ਼ ਪੈਦਾ ਹੀ ਨਹੀਂ ਕੀਤੀ, ਇਹਨਾਂ ਕੋਲ ਅੱਜ ਤੱਕ ਇਹਨਾਂ ਨੇ ਕਿਸਾਨੀ ਮੰਗਾਂ 'ਤੇ
कभी कोई कोई लहर खड़ी नहीं की हैगी है, कभी कभी इन्हों की कोई इन्हों की की अप्रोच है कारपोरेट कैपिटल बारे, ग्लोबल कैपिटल बारे, संसार वित्तीय सरमाए बारे, वित्तीय संस्थावान बारे, कभी एक भी लेख लेख दिखा दे सानू जिन्हें इन्होंने कभी वह जिक्र किया हो जो कहल ढा रहा कौमांतरी वित्तीय सरमाया दुनिया भर के लोगों उत्ते दुनिया भर के देशों उत्ते उसे कभी एक स्टैंड दिखा दे इन्होंने कभी किसान जत्थेबंदी बना के पिंड एक बार भी किसानी मंगा के द्वारे आर्थिक मंगा के द्वारे कोई लामबंदी की हो दिखा दौ वो सारी लामबंदी जी बत्ती जत्थेबंदियां है चाहे उन्होंने आपसी मतभेद भी सके पर उन्हें किसानों के मुद्दों से जो किसानों ने मुद्दे जोड़ जोड़ के जो भारतीय हिंदू राष्ट्रवाद का मुद्दा है जो कौमांतरी वित्तीय सरमाए का मुद्दा जो 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 WTO के मुद्दे है उन्होंने द्वारे एक लगातार 35-40 साल लामबंदी की हैगी है उस उन्होंने द्वारा सिरजे हुए घोल में बढ़ के इस घोल को खराब करना इन्हों इस घोल चो पार्टी कढ़ना एक पंथक डोमीनेशन वाली उनका मकसद रहा है उस मकसद सिद्धू साहब ने मेरे को भी गेड़े मारे मेरे कोई मैं उन्होंने कोई मेरे मेरे आ सा प्रोग्राम है ये लै जाओ पढ़ लो ये तो गल कर लवानगे जो जो करनी होगी सो उन्हों की कोशिश सी तो बिल्कुल सही सुनते हैं तो विद्वाना के नाँ की लेने सब जानते हैं कौन कौन 5-6 बंदे है सारे पंजाब इन्ने कर 200-400 बंद होर होगा सिंपथाइजर है इस नीति का है वह तो अलावा समुचा पंजाब जोड़ा है समेत सारे वर्गों के समेत किसानी मजदूर के समेत जे जे होर जो वर्ग ने मतलब पंजाब रहने वाले लोग ने आम लोग ने उन्होंने इस गल का कोई लागा देगा नहीं सगा वो इन किसान अंदोलन के तौर पर शरीक हुए है किसान अंदोलन तौर पर इन लिया है तो वह मोदी सरकार नाल मानी दानी का जो 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 उन्होंने सौंपे जा रहा है खेती सैक्टर वो खिलाफ उन्होंने जमीन खुसन का अपने आप में दिहाड़ीदार मजदूर बन का खतरा सेगा उस वास्ते लोग गए ने वो कोई अलग ना तो पार्टी बना गए लोग ना उत्थे अलग कोई मतलब खालिस्तान बना गए है उन्होंने साफ मकसद सेगा कि जे आ बिल आए ने यह बिल वापस करवाने है किसानी बची रहे किसान जुड़ के उन्हें आने वाली पीढ़ियां है वो बचिया रहन जी डॉक्टर साहब एक सवाल बहुत वड्डा खड़ा हो जाता है कि असी सारे ही चाहते हैं कि पंजाब दे विच कोई सियासी बदल मिले जे दीप सिद्धू ने इनू चितवया तो कुछ माड़ा नहीं किया लेकिन किसानी घोल नू जिहड़ा कुराहे पाउण वाला समां नहीं सी चुनना चाहिए मैं दूजा सवाल करदा है कि जो किसान जथेबंदियां ने पोलीटिकल लीडर्स नू अपनी स्टेज ना वरतन दिती तो उदो बहुत सारे लोग जिन्हां च मैं ना भी लै दिना सुखपाल खेरा समेत वह सारे लोग शंभू बॉर्डर वल गए तुहाडे समेत जेकर दीप सिद्धू कामयाब हुंदा ते सारे उहदे कंधाड़े चढ़ के उस पार्टी का हिस्सा बन लई काले हुंदे अज उह बुरी तरह भटकिया फेल होया जां गलतां दा अंदाजे ला के किसे जाके हुण जेल दीआं सलाखां दे पिछे आ ते उस वेले सानूं इंज लगण लग गया कि इह कम गलत सी असीं शुरुआत दे विच पोलीटिकल लोकां ने उहनूं सपोर्ट कीता उहनूं वरतण दी वी कोशिश कीती की कारण है कि पोलीटिकल लोक हर जगह ते मतलब प्रस्ती वरतण तों बाज ही नहीं आउंदे नहीं बिल्कुल तुहाडी गल ठीक है जी देखो जित तक शंभू मोर्चा तलक है बहुत सारे लोग गए ने मैं भी गया उत्थे होर भी गए ने पर उत्थे जो जो उत्थे मैं आ जो एक बार मैं गया उत्थे पर उत्थे दा जो वृतांत सीगा उहदे च मेरा मैं अपना वृतांत सुना के आया मैं अपनी गल मैं पंजाबी कौम की गल करके आया सेंटर नाल जे तेरे धक्के उहदी गल करके आया बिल्लां की गल करके आया तो किसानी अंदोलन की गल करके आया है तो उस तों बाद जिहड़ा दूजा उन्हां दा पक्ष सीगा कि किसानी जिहड़े लीडर सीगे उन्हां नूं निकम्मे साबित करना उन्होंने ना अहलीयत उन्होंने लोगों लैके जानी है ना उन्होंने काबिलियत से शक करना है जो उन्होंने योगदान से शक करना है मैं उन्होंने बिल्कुल शामिल नहीं सगा ना मैं अज शामिल ना पहला शामिल सगा तो ना ही मेरा यह कि इस को पार्टी कटनी हैगी है जेड़े लोगों ने हूँ उसके नाल वृतांत को दीप सिद्धू के वृतांत को अगे लैके जा रहे हैं जो दुआले हूँ संगठित हो रहे हैं उन्होंने गल मैं कर नहीं सकता उन्होंने अपना सियासी एक फ्रेमवर्क है सियासी सोच हैगी है घट्टो घट मेरी सोच जी हैगी है कि जो भी पार्टी बनूगी तो वह पंजाबी कौम द्वारे बनूगी पंजाबी कौम के तिना घटकों की जी एकता हैगी है हिंदू सिख के दलतों की उन्होंने जो सांझिया मंगा है जो पंजाबी कौम के सांझे मुद्दे है उन्होंने द्वारे पार्टी का गठन होगा तो उस च बराबरी इंसाफ ते मतलब जरा मुख मुद्दा होगा औरतों का इंसाफ दलतों का इंसाफ हर एक वर्ग को जमहूरीयत मिलेगी तो वह साडा मुद्दा 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 होगा हमेशा ही तो उहदे च कोई ऐ नहीं कि कोई कोई सिख कोई खालिस्तान या सिख डोमीनेंस वाली गल कोई नहीं होगी उस पंजाब की जिहड़ी जिहड़ी पंजाब की विलक्षणता हैगी है उहदी राखी की गल होगी पंजाब के हकों की गल होगी तो उहदे च किसी भी धर्म विशेष का जिहड़ा जिहड़ी वर्चस्व हैगा है उहदी डोमीनेशन हैगी है जदों डोमीनेशन आ गई उत्थे जमहूरीयत खत्म समझो तुसीं
कोई मतलब ही नहीं, ना कोई हिंदू डोमिनेशन, ना कोई ब्राह्मणा की डोमिनेशन, ना कोई जट्टा की डोमिनेशन, ना कोई मोदी की डोमिनेशन, ना कोई होर कोई डोमिनेशन। एक मैनू बतौर जमहूरी मनुख होते कित मंजूर नहीं है तो ना कद मंजूर होगा। डोमिनेशन मीन मर्डर ऑफ डेमोक्रेसी। सो हर एक डेमोक्रेसी चाहिए हैगी है, दलितों चाहिए, औरतों चाहिए, हिंदुओं चाहिए हैगी है, सिखा चाहिए, हर एक चाहिए है, सिखा सारे हिंदुस्तान चाहिए है, पंजाब हिंदू दलितों चाहिए हैगी है। सो यदा मतलब जे जरा जे जो कोई धर्म के नाते धर्म आधारित कोई दुआले कोई मतलब कोई सियासी वरतान सजना चाहता है तो मैं यदा कतई हामी नहीं। सो यदा मैं यदा विरोधी है जी। आखिरी सवाल डॉक्टर साहब, आखिरी सवाल यह है कि जिहड़ी हुण मूवमेंट है किसानी मूवमेंट है, इस मूवमेंट नूं तुसीं किधर जांदी वेख रहे हो, इह कदों गवर्नमेंट नाल गलबात हो सकती है, तुहानूं लगदा है कि इहदे विच जिहड़ियां मंगां किसानां ने रखियां उहनां नूं सरकार मन लूगी, जिद्दी शासक किसे पद्धर ते भी जाके रिपील करन नूं रद्द करन नूं कानून मन जाणगे, जे नहीं मनणगे ते किसानां कोल हुण अगले रस्ते की ने? देखो जित तक पंजाब दे जो अंदोलन उठा सीगा जिहदे दुआले हरियाणा जुड़िया सी, उत्तराखंड जुड़िया सी, पछमी यूपी के कोई हिस्से जुड़े सके, जो उदा वृतांत सेगा और जो उदी स्ट्रेंथ सीगी, जो उदी एक जो उदी मतलब आइडियोलॉजिकल उदी उदी मतलब एक पुगत सीगी, ओ मतलब अज हौली हौली घटती जा रही हैगी है। तो टकैत साहब बहुत वधिया लीडर ने, चलो वधिया चला रहे ने, पर टकैत साहब का जो उस तरह का अंदोलन का इतिहास हैगा वो जिवें पंजाब च पिछले 40-45 साल तो असी देखते आ रहे हैं, उस तरह का नहीं हैगा है। तो अजे ना ही अपन कोई ये पता हैगा कि भी ये टकैत साहब का मतलब अगे किधरों लैके जाएंगे, तो पंजाब का किन्ना रोल होगा, तो सरकार अज का रेलवे 4 घंटे का रेलवे जाम का प्रोग्राम सेवा वो पंजाब हरियाणा यूपी तो अलावा भी हिंदुस्तान के बहुत सारे थावान तो सिरे चढ़िया हैगा है, जिहड़ा बहुत चंगी गल हैगी है। तो अगे प्रोग्राम जिहड़े हो गए है शमूलियत किसानों तो अलावा होर कहड़ा वर्ग सरगर्म हुंदा जिहड़ा सरकार वास्ते सरदर्दी बन सकदा, जां हिंदुस्तान होर किहड़ियां थावां ते अंदोलन फैलदा हैगा जिहड़ा सरकार वास्ते पोलिटिकल उन्हां नूं सियासी कीमत तारन वास्ते उन्हां नूं मजबूर कर सकदा कि वे इन्हां बिल्लां नूं जां रद्द करन जां घट्टो घट 3 साल तो वध जां 3 साल वास्ते इन्हां नूं मतलब पोस्टपोन करन, और 3 साल बाद इलैक्शन हैगा, फिर नहीं मैनूं लगदा कि कोई मोदी जां कोई होर सरकार कोई जुरत कर सकदी है कि इन्ने सियासी विरोध खट्टण वाले किसी बिल नूं दुबारा लैके आवे। सो मेरा ख्याल है कि बिल वापस हो मनसूख हो घट्टो घट 3 साल वास्ते दोवे हालत किसानी संघर्ष की जित होगी, तो यह तो घट्टा मैं लगता गल नहीं बननी हैगी है। तो संघर्ष किधर नूं जाता है दो गल डिपेंड करता हिंदुस्तान के होर कि खित्या संघर्ष फैलता है, नंबर दो होर कि वर्ग सरगर्म होकर संघर्ष का हिस्सा बनते हैं, इन दोनों गलों के जरा संघर्ष का जो भविख है वह तय होना जी। डॉक्टर साहब आखिरी गल मैनू ये जरूर दस दौ कि जदों हुण ये थ्रैट जिहड़ी अखबार की खबर है ये ANI की खबर है ये अनुसार जदों किसानां लई खतरा वध्या है तो उदों सेंटर जां स्टेट उन्हां नूं इस तरह की सुरक्षा कौन मुहैया करावे और इहदे लई किहनूं इनिशिएट करना चाहीदा कि किसान जथेबंदियां दे आगू कोई सरकारी सहायता इस तरह की प्रोटैक्शन लै लैणगे, ये भी वड्डा सवाल है। देखो जी जेकर लाइव थ्रेट हैगा है और जिस तरह के ठोस गल् सामने आई जी एजेंसियों की इनपुट हैगी है, इन्होंने हालत च इन्नी स्टेट का भी फर्ज बनता कि जमहूरी जे कार्य जमहूरी लीडर ने लोगों के जमहूरी लहर के लीडर ने जे लोगों की मंगा के संघर्ष के लीडर ने उन्होंने हर हालत राखी की जाए, और ना सिर्फ एक पास्यों बल्कि जो दूजे पास कोई थ्रैट आता अलग अलग विचारधारावान वालों थ्रैट आते हैं सब तो राखी की जाए। तो पंजाब सरकार का मैं लगता वध फर्ज बनता है कि अपने पंजाब के लीडर की राखी वास्ते पूरा इंतजाम करन, ते नाल दी नाल जिहड़े किसानी जिहड़े लीडर ने उन्होंने आप भी जिहड़ी हैगी आ अपनी सुरक्षा का इंतजाम अपने उन्होंने वलंटियर हैगे आ उन्होंने भी करना चाहिए ताकि संघर्ष में कोई एड्डा बड़ा नुकसान ना हो जाए, पंजाब किसानी की योग अगुवाई तो वांझा हो जाए और सरकारां दे जो मंशे हैगे आ वह पूरे हो जाए। डॉक्टर साहब बहुत धन्यवाद, बहुत मेहरबानी। थैंक यू सर, थैंक यू जी, थैंक यू सर।